ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਸੁਖਪਾਲ ਖਹਿਰਾ ਨੇ ਅੱਜ ਜਲੰਧਰ ਵਿੱਚ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਉਹਨਾਂ ਇਹ ਗੱਲ ਕਹੀ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿੱਚ ਬਿਲਕੁਲ ਇੱਕ ਜੁਟਤਾ ਹੈ ਅਤੇ ਸਭ ਸਹੀ ਕੰਮ ਕਰ ਰਹੇ ਨੇ, ਕਿਸੇ ਨੂੰ ਕਿਸੇ ਦੇ ਨਾਲ ਕੋਈ ਮਤਭੇਦ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਵਿਧਾਇਕ ਦੂਸਰੀਆਂ ਪਾਰਟੀਆਂ ਵਿੱਚ ਜਾਣ ਦੀ ਅਫਵਾਹ ਉਡਾ ਰਹੇ ਨੇ ਇਹ ਸਭ ਗਲਤ ਹੈ। ਦੇਖੋ, ਮੈਂ ਇਸ ਲਈ ਤੁਹਾਡੇ ਦਰਮਿਆਨ ਆਇਆ ਵਾਂ ਕਿ ਪਿਛਲੇ ਚੰਦ ਦਿਨਾਂ ਤੋਂ ਇੱਕ ਬਹੁਤ ਕੂੜ ਪ੍ਰਚਾਰ ਕੀਤਾ ਜਾ ਰਿਹਾ, ਮਨਘੜਤ ਕਹਾਣੀਆਂ ਪਲਾਂਟ ਕੀਤੀਆਂ ਜਾ ਰਹੀਆਂ। ਪਤਾ ਨਹੀਂ ਕਿਹੜੇ ਵੈਸਟਡ ਇੰਟਰਸਟ ਨੇ ਜਿਹੜੇ ਇਹ ਕਹਾਣੀਆਂ ਅਖਬਾਰਾਂ 'ਚ ਦੇ ਰਹੇ ਨੇ। ਕੋਈ ਅਖਬਾਰ ਲਿਖ ਰਹੀ ਆ ਕਿ ਆਮ ਆਦਮੀ ਪਾਰਟੀ ਦੇ MLA ਕਾਂਗਰਸ ਵਿੱਚ ਜਾ ਰਹੇ ਨੇ, ਕੋਈ ਅਖਬਾਰ ਲਿਖ ਰਹੀ ਆ ਕਿ ਆਮ ਆਦਮੀ ਪਾਰਟੀ ਦੀ BJP ਦੇ ਨਾਲ 11 MLA ਦੀ ਗੱਲ ਹੋ ਗਈ ਆ। ਕੋਈ ਸੋਰਸ ਨਹੀਂ ਦੱਸ ਰਿਹਾ, ਕੋਈ ਨਾਮ ਨਹੀਂ ਦੱਸ ਰਿਹਾ, ਔਰ ਮਹਿਜ਼ ਆਮ ਆਦਮੀ ਪਾਰਟੀ ਦੇ MLA ਨੂੰ ਅਤੇ ਵਰਕਰਸ ਅਤੇ ਕੇਡਰਸ ਅਤੇ ਰੈਂਕ ਐਂਡ ਫਾਈਲ ਨੂੰ ਡਿਮੋਰਲਾਈਜ਼ ਕਰਨ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ, ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਸਿਰੇ ਤੋਂ ਨਕਾਰਦਾ ਵਾਂ। ਆਈ ਟੋਟਲੀ ਡਿਬੰਕ, ਆਈ ਟ੍ਰੈਸ਼, ਆਈ ਆਊਟਰਾਈਟਲੀ ਰਿਜੈਕਟ ਦੀ ਮਲੇਸ਼ੀਅਸਲੀ ਫਾਲਸ, ਅਨਕਾਲਡ ਫੋਰ, ਅਨਫਾਊਂਡਡ ਪ੍ਰੋਪੇਗੈਂਡਾ ਬੀਂਗ ਲਾਂਚਡ ਅਗੇਂਸਟ ਦੀ ਆਮ ਆਦਮੀ ਪਾਰਟੀ, ਪਰਟੀਕੁਲਰਲੀ ਇਟਸ MLAs। ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਸਾਰੇ ਆ ਪਾਰਟੀ ਦੇ MLAs ਆਰ ਟੋਟਲੀ ਯੂਨਾਈਟਿਡ। ਅਸੀਂ 8 ਤਰੀਕ ਨੂੰ ਦਿੱਲੀ ਵਾਲੀ ਮੀਟਿੰਗ 20 ਦੇ 20 MLA ਸੀਗੇ, ਅੱਜ ਮਿਸਟਰ ਫੁਲਕਾ ਦੀ ਅਗਵਾਈ ਵਿੱਚ ਗਵਰਨਰ ਪੰਜਾਬ ਨੂੰ ਸਾਰੇ MLAs ਮਿਲ ਰਹੇ ਨੇ। ਅਸੀਂ MLAs ਨਾਲ ਆਪਸ ਵਿਧਾਨ ਸਭਾ ਦੀ ਕਮੇਟੀਆਂ ਦੇ ਮੀਟਿੰਗਾਂ ਵਿੱਚ ਸਾਰੇ ਇਕੱਠੇ ਹੁੰਦੇ ਰਹਿੰਦੇ ਹਾਂ, ਔਰ ਮੇਰਾ ਸਾਰੇ MLAs ਦੇ ਨਾਲ ਤਾਲਮੇਲ ਹੈ। ਇੱਕ ਵੀ MLA ਆਮ ਆਦਮੀ ਪਾਰਟੀ ਦਾ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾ ਰਿਹਾ।